ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਲੋਕ ਸਭਾ ਹਲਕਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਵੱਲੋਂ ਆਪਣੇ ਚੋਣ ਪ੍ਰਚਾਰ ਨੂੰ ਤੇਜ਼ ਕਰਦਿਆਂ ਸ਼ਹਿਰ ਗੁਰਾਇਆਂ ਦੇ ਵਾਸੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿੱਚ ਸ਼ਹਿਰ ਦੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ, ਹਲਕਾ ਫਲੌਰ ਦੇ ਵਿਧਾਇਕ ਬਲਦੇਵ ਸਿੰਘ ਖਹਿਰਾ ਤੋਂ ਇਲਾਵਾ ਵੱਖ ਵੱਖ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਲੋਕ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਬਣਾ ਕੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਅਤੇ 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਸੂਬੇ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰਨਗੇ। ਉਹਨਾਂ ਸਮੂਹ ਵੋਟਰਾਂ ਨੂੰ 19 ਮਈ ਵਾਲੇ ਦਿਨ ਤੱਕੜੀ ਵਾਲਾ ਬਟਨ ਦਬਾ ਕੇ ਚਰਨਜੀਤ ਸਿੰਘ ਅਟਵਾਲ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਅਮਰਜੀਤ ਸਿੰਘ ਸੰਧੂ, ਸੁਰਿੰਦਰ ਸਿੰਘ ਕਟੌੜਾ, ਬਾਬਾ ਗੁਰਮੀਤ ਸਿੰਘ, ਹਰਮਿੰਦਰਪਾਲ ਸਿੰਘ ਸੋਨੂੰ, ਮੁਖਤਿਆਰ ਸਿੰਘ ਹੀਰ, ਪ੍ਰੇਮ ਸਿੰਘ ਰਾਣਾ, ਸੁਰਿੰਦਰ ਗਹੀਰ, ਸੰਜੀਵ ਹੀਰ, ਹਰਵਿੰਦਰ ਕੁਮਾਰ ਕਿੰਦਾ, ਹਰਪ੍ਰੀਤ ਸਿੰਘ, ਅਮਰੀਕ ਸਿੰਘ ਢਿੱਲੋਂ, ਹੈਪੀ ਮਾਹੀ, ਕੌਂਸਲਰ ਹਰਮੇਸ਼ ਲਾਲ, ਸੁਦੇਸ਼ ਕੁਮਾਰ ਬਿੱਲਾ, ਬਾਲ ਕ੍ਰਿਸ਼ਨ ਬਾਲਾ, ਸੁਰਿੰਦਰ ਕਾਲੀਆ, ਰਾਜਨ ਮੱਕੜ, ਚੰਦਰ ਮੋਹਨ ਗੋਲਡੀ, ਅਸ਼ੋਕ ਕੁਮਾਰ ਭਾਰਦਵਾਜ, ਬਿਪਨ ਭਾਰਦਵਾਜ, ਜਤਿੰਦਰਜੀਤ ਸਿੰਘ ਨਰੂਲਾ, ਬਹਾਦਰ ਸਿੰਘ, ਕੁਲਵਿੰਦਰ ਸਿੰਘ ਕਾਲਾ, ਸੁਖਵਿੰਦਰ ਕੁੰਦੀ, ਤਰਸੇਮ ਲਾਲ, ਹਰਪ੍ਰੀਤ ਬਜਾਜ, ਤੇਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਲੋਕ ਹਾਜ਼ਰ ਸਨ। ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਮੀਟਿੰਗ ਰੱਖੀ ਗਈ ਸੀ ਗੁਰਾਇਆਂ ਕੇ, ਜਿਸ ਦੀ ਸਰਪ੍ਰਸਤੀ ਸਾਡੇ ਹਲਕੇ ਦੇ ਵਿਧਾਇਕ ਸਰਦਾਰ ਬਲਦੇਵ ਸਿੰਘ ਖਹਿਰਾ ਜੀ ਕਰ ਰਹੇ ਸਨ। ਅੱਜ ਗੁਰਾਇਆਂ ਦੇ ਲੋਕਾਂ ਨੇ ਕਾਂਗਰਸ ਨੂੰ ਨਕਾਰ ਦਿੱਤਾ ਹੈ। ਤੁਹਾਡੇ ਸਾਹਮਣੇ ਹੀ ਅੱਜ ਲੋਕਾਂ ਨੇ ਜਿਹੜੀਆਂ ਕਾਂਗਰਸ ਦੀਆਂ ਗਰੀਬ ਮਾਰੂ ਨੀਤੀਆਂ ਉਹ ਤੋਂ ਹੁਣ ਜਾਣੂ ਹੋ ਚੁੱਕੇ ਨੇ। ਅਸੀਂ ਜਿਹੜੇ ਹਲਕੇ ਲੋਕ ਸਭਾ ਤੋਂ ਸਾਨੂੰ ਉਮੀਦਵਾਰ ਮਿਲੇ ਨੇ ਡਾਕਟਰ ਚਰਨ ਸਿੰਘ ਅਟਵਾਲ ਜੀ, ਅਸੀਂ ਅੱਜ ਉਹਨਾਂ ਨੂੰ ਪੂਰਾ ਭਰੋਸਾ ਦਵਾਇਆ ਹੈ ਕਿ ਤੁਹਾਨੂੰ ਗੁਰਾਇਆਂ ਦੇ ਵਿੱਚੋਂ ਵੱਧ ਤੋਂ ਵੱਧ ਲੀਡ ਦੇ ਕੇ ਅਸੀਂ ਇੱਥੋਂ ਜਿਤਾ ਕੇ ਭੇਜਾਂਗੇ, ਤਾਂ ਜੋ ਸਾਡੀਆਂ ਜਿਹੜੀਆਂ ਗੁਰਾਇਆਂ ਦੀਆਂ ਮੁਸ਼ਕਲਾਂ ਆ ਲੋਕ ਸਭਾ ਦੇ ਵਿੱਚ ਜਾ ਕੇ ਉਠਾਓਗੇ। ਜਿਹੜੇ ਇੱਥੋਂ ਦੇ ਪਹਿਲੇ ਪੁਰਾਣੇ ਰਹੇ ਨੇ MP, ਉਹਨਾਂ ਨੇ ਤਾਂ ਇੱਥੇ ਸਾਡੇ ਗੁਰਾਇਆਂ ਦੀ ਕੋਈ ਲੋਕ ਸਭਾ ਦੇ ਵਿੱਚ ਜਾ ਕੇ ਮੰਗ ਨਹੀਂ ਉਠਾਈ। ਅਸੀਂ ਅਟਵਾਲ ਸਾਹਿਬ ਕੋਲ ਆਪਣੇ ਸਾਰੀਆਂ ਮੰਗਾਂ ਦੱਸਦੀਆਂ ਨੇ ਔਰ ਅਸੀਂ ਪੂਰਨ ਵਿਸ਼ਵਾਸ ਦਵਾਉਂਦੇ ਅਟਵਾਲ ਸਾਹਿਬ ਨੂੰ ਕਿ ਗੁਰਾਇਆਂ ਦੇ ਵਿੱਚੋਂ ਵੱਧ ਤੋਂ ਵੱਧ ਲੀਡ ਦੇ ਵਿੱਚ ਜਿਤਾ ਕੇ ਭੇਜਾਂਗੇ।